بسم اللہ الرحمن الرحیم السلام علیکم ورحمۃ اللہ وبرکاتہ ਤੁਸੀਂ ਵੇਖ ਰਹੇ ਹੋ ਮੈਰ ਮੇਰਾ ਪਾਕਿਸਤਾਨ YouTube ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਕੈਸਰ ਮੋਤ ਸਭ ਤੋਂ ਪਹਿਲੇ ਮੈਰ ਮੇਰਾ ਪਾਕਿਸਤਾਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਦਾ ਬਟਨ ਜਿਹੜਾ ਉਹਨੇ ਵੀ ਦਬਾ ਦਿਓ ਅੱਜ ਮੈਂ ਵੱਡੇ ਕੋਟਲੇ ਆਇਆ ਹਿਦਮਤ-ਏ ਹਲਕਾ ਪ੍ਰੋਗਰਾਮ ਦੇ ਤਹਿਤ ਅੱਲਾਹ ਪਾਕ ਨੇ ਸਾਨੂੰ ਇੱਥੇ ਭੇਜਿਆ ਇਹ ਚਾਚੀਆਂ ਨੇ ਦੇ ਘਰ ਅਸੀਂ ਆਏ ਆ ਤੇ ਇਹ ਜਿਹੜੀ ਪਿੱਛੇ ਤੁਹਾਨੂੰ ਸ਼ਾਇਦ ਆਵਾਜ਼ ਵੀ ਆਵਾਜ਼ ਵੀ ਆਉਂਦੀ ਪਈ ਹੋਵੇ ਦੀ ਤੇ ਇਹ ਚਾਚੀਆਂਾਂ ਦੀ بیوی ਨੇ ਤੇ کافی ਵਡੇਰੇ ਨੇ ਬਿਮਾਰ ਹੋਏ ਨੇ ਕੈਮਰਾਮੈਨ ਸਾਹਿਬ ਜੀ ਇੱਕ ਵਾਰ ਦਿਖਾਓ ਉਹਨਾਂ ਨੂੰ ਤੇ ਮੇਰੇ ਖਿਆਲ ਇਹ ਗੱਲਬਾਤ ਕਰਦੇ ਨੇ ਕੋਣੀ ਥੋੜੀ ਬਾਲੀ ਬਿਮਾਰ ਨੇ کافی ਜ਼ਿਆਦਾ ਤੇ ਚਾਚੇ ਜੀ ਨੇ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਤਨ ਦੋ ਜਾਂ ਤਿੰਨ ਬੇਟੇ ਨੇ ਤੇ ਲੇਕਿਨ ਉਹ ਆਪਣੀਆਂ ਸ਼ਾਦੀਆਂ ਕਰਕੇ ਆਪਣੀਆਂ ਬੀਵੀਆਂ ਲੈ ਕੇ ਪਤਨ ਹੀ ਪਟਿਆਂ ਤੇ ਟੁਰ ਗਏ ਨੇ ਇੱਟਾ ਪਾੰਦ ਨਹੀਂ ਆ ਕੇ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਬੇਟੀ ਹੈ ਅਦਰ ਹਾਲਾ ਦੀ ਨਾਲ ਬੈਠੇ ਨੇ ਕੈਮਰਾਮੈਨ ਜੀ ਕੋਲੀਆਂ ਨਾ ਇਹ ਇਹਨਾਂ ਦੀ ਬੇਟੀ ਏ ਚਾਚੇਾਨਾਂ ਦੀ ਤੇ ਇਹਨਾਂ ਦੀ ਕਰਨਾਣੇ ਸ਼ਾਦੀ ਹੋਈ ਸੀ ਤੇ ਇਹਨਾਂ ਨੂੰ ਤਲਾਕ ਹੋ ਗਈ ਏ ਤੇ ਜਿਸ ਵਕਤ ਤਲਾਕ ਹੋਈ ਏ ਇਹ ਇੱਥੇ ਆ ਗਏ ਨੇ ਆਪਣੇ ਬਾਪੂ ਕੋਲੇ ਰਹਿੰਦੇ ਪਏ ਨੇ ਇਹਨਾਂ ਨੇ ਆਖਿਆ ਦੋ ਇਹਨਾਂ ਦੀਆਂ ਬੇਟੀਆਂ ਹੀ ਆਗੂ ਤੇ ਉਹਨਾਂ ਨੂੰ ਸਿਰ ਲਾਇਆ ਇੱਥੇ ਓਖਿਆਂ ਸੋਕਿਆਂ ਹੋ ਕੇ ਤੇ ਇਹਨਾਂ ਦੇ ਮੈਂ ਹਾਲਾਤ ਆ ਕੇ ਵੇਖੇ ਨੇ ਪਹਿਲੇ ਆਪ ਦੀ ਰਿਕਾਰਡ ਪਹਿਲੇ ਇਹਨਾਂ ਕੋਲ ਮੈਂ ਸਾਰੀ ਗੱਲ ਪੁੱਛੀ ਏ ਤੇ ਮਨ ਨੂੰ ਵੀ ਬੜਾ ਅਫਸੋਸ ਹੋਇਆ ਬੜਾ ਜਿਹੜਾ ਨਾ ਦੁੱਖ ਹੋਇਆ ਤੇ ਅਸੀਂ ਜੋ ਕੁਝ ਇਹਨਾਂ ਕੋ ਕਰ ਸਕਦੇ ਅਸੀਂ ਇਨਸ਼ਾ ਅੱਲਾ ਕਰਾਂਦੇ ਤੇ ਇਹਨਾਂ ਦੇ ਹਾਲ-ਵਾਲ ਅਸੀਂ ਪੁੱਛਣ ਆਇਆ ਦਾਦ ਰ ਅਸੀਂ ਕਰਨ ਆਇਆ ਚਾਚਾ ਨਾਨਾ ਗੱਲ ਕਰਨੇ ਆ ਹਾਲਾ ਨਾਨਾ ਕਰਨੇ ਆ ਤੇ ਮਾਈ ਜੀ ਤੇ ਉਂਜੀ ਗੱਲ ਨਹੀਂ ਨਾ ਕਰ ਸਕਦੇ ਅਸਲਾਮੁਅਲੈਕਮ ਵਾਲੇਕਮ ਸਲਾਮ ਚਾਚਾ ਜੀ ਕੀ ਹਾਲ ਹੈ ਤੁਹਾਡਾ ਬਖੈਰ ਹੈ ਅੱਲਾ ਦੀ ਤੇ ਉਮਰ ਦਾ ਜੇ ਕੋ ਪਤਾ ਕਿਤਨੀ ਹੋਗੀ ਉਮਰ ਮੇਰੀ 80 90 ਸਾਲ ਹੈ ਅੱਛਾ ਕਿਹੜਾ ਕੰਮ ਕਰਦੇ ਹੋ ਮੰਗਣ ਦਾ ਮੰਗਦੇ ਆ ਪੈਸੇ ਜੀ ਹਾਂ ਕਿੱਥੇ ਸ਼ਹਿਰ ਵਿੱਚ ਲਾਲ ਮੁਸੇ ਹਾਂ ਤੇ ਕਿਸ ਤਰ੍ਹਾਂ ਜੀ ਨਿਜ਼ਾਮ ਪੈ ਚੱਲਦਾ ਹੈ ਘਰ ਦਾ ਮੰਗਣ ਦੇ ਸਿਰ ਤੇ ਕਿਸ ਤਰ੍ਹਾਂ ਚੱਲ ਜਾਂਦੇ ਚੱਲਦਾ ਕੋਈ ਨਹੀਂ ਟੱਕਰ ਹੀ ਗਰਾ ਖਾਈਦਾ ਹੈ ਔਰ ਕੋਈ ਸ਼ਹਿ ਨਹੀਂ ਕਰਦਾ ਮਾਰ ਕੇ ਵਕਤ ਟਾਪੂ ਜਾਏ ਤੁਹਾਡੇ ਬੇਟੇ ਕਿੰਨੇ ਨੇ ਦੋ ਨੇ ਤਿੰਨ ਤਿੰਨ ਪੁੱਤਰ ਨੇ ਆਹੋ ਜੀ ਤੇ ਉਹ ਤੁਹਾਨੂੰ ਕੋਈ ਪੁੱਛਦੇ ਨੇ ਕੋਈ ਖਰਚਾ ਪਾਣੀ ਦਿੰਦੇ ਨੇ ਜਿੱਤੀਆਂ ਮਾਰਦੇ ਨੇ ਸਿਰ ਵਿੱਚ ਤੁਹਾਡੇ ਪੁੱਤਰ ਨੇ ਤਰੇਵੇ ਤੇ ਜੁੱਤੀਆਂ 'ਤੇ ਕਹਿੰਦੇ ਮਾਰਦੇ ਨੇ ਜੁੱਤੀਆਂ ਮਾਰਦੇ ਜੇ ਤੇ ਇਹ ਤੁਹਾਡੀ ਇੱਕ ਬੱਚੀ ਹੈ ਮਸਲ ਹਲਾਰੀ ਜਿਹੜੇ ਬੈਠੇ ਨਾਲ ਇਹਦੇ ਕੋ ਤੱਕੇ ਖਾਣੇ ਆ ਫਿਰ ਧੀ ਕੋਲ ਇਹ ਕੇ ਕੰਮ ਕਰਦੇ ਨੇ ਮੈਨ ਲੱਗੇ ਪਤਾ ਲੱਗਿਆ ਵੀ ਕੋਈ ਕੰਮ-ਸ਼ਮ ਕਰਦੇ ਨੇ ਕੰਮ-ਸ਼ਮ ਕੋਈ ਵੀ ਨਹੀਂ ਕਰਦੇ ਕਦੀ ਕੋਟੀ ਕਰੀ ਗਈ ਕਦੀ ਨਾ ਗਈ ਸਬਜ਼ੀ ਵਗੈਰਾ ਖੁੰਦੇ ਨੇ ਥੋੜੀ ਬਲੀ ਕੋਟਲੇ ਸਬਜ਼ੀ ਖੁੰਦੇ ਜੇ ਤੇ ਇਹ ਮਾਈਰੀ ਜਿਹੜੇ ਨੇ ਬਿਮਾਰ ਨੇ ਮਸਲਨ ਕਿ ਕਾਦੀ ਤਬੀਤ ਇਹਨਾਂ ਦੀ ਖਰਾਬ ਹੋਈ ਇਨ 3 ਸਾਲ ਗੁਜ਼ਰ ਗਏ ਨੇ ਤੇ ਚਾਚਾ ਜੀ ਤੁਸੀਂ ਜੇ ਉੱਥੇ ਮੰਗ ਤੰਗ ਕੇ ਆਉਂਦੇ ਹੋ ਦੱਸਦੇ ਹੋ ਪੇ ਮੰਗਦੇ ਆ ਉੱਥੇ ਗਦਾਗਰੀ ਕਰਦੇ ਹੋ ਕਿਤਨੇ ਪੈਸੇ ਦਿਹਾੜ ਦੇ ਬਣ ਜਾਂਦੇ ਨੇ ਅ ਭਈਆ 200 ਬਣ ਜਾਂਦਾ ਕਦੀ 2 250 ਬਣ ਜਾਂਦਾ ਬਸ ਇੱਥੇ ਹੀ ਕਦੇ 200 ਕਦੇ 250 ਜੀ ਆ 2-250 ਜੇ ਤੁਸੀਂ ਕਮਾਉਂਦੇ ਹੋ ਤੇ ਹਾਲਾ ਦੀ ਜਾਂਦੇ ਨੇ ਸਬਜ਼ੀ ਕੁ ਥੋੜੀ ਬਾਰੀ ਖੁੰਦੇ ਨਹੀਂ ਜਾਂ ਗੋਡੀ ਕਦੇ ਕਦੇ ਹੀ ਕਰਦੇ ਨੇ 1.5-200 ਜੇ ਇਹਨਾਂ ਨੂੰ ਲੱਭ ਜਾਂਦਾ ਤੇ ਇਹ 4-500 ਜਾਂ 3-400 ਵਿੱਚ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਹੁੰਦਾ ਹੈ ਗੁਜ਼ਾਰਾ ਬਾਛ ਹੋ ਜਾਂਦਾ ਪਏ ਕੋਈ ਭੁੱਖੇ ਤੇ ਕੋਈ ਨੰਗੇ ਓੱਖਾ ਹੀ ਹੁੰਦਾ ਗੁਜ਼ਾਰਾ ਇਹ ਓੱਖਾ ਹੀ ਕਰ ਤੇ ਤੁਹਾਡੀ ਸਿਹਤ ਕਿਸ ਤਰ੍ਹਾਂ ਠੀਕ ਹੋ ਆ ਸਾਡੀ ਸਿਹਤ ਹੀ ਹੈ ਗੋਡੇ ਦਰਦ ਕਰਦੇ ਨੇ ਅੱਖਾਂ ਬਨਵਾਈਆਂ ਨੇ ਅੱਖਾਂ ਤੋਂ ਵੀ ਕੱਸਾ ਦਿੱਸਦਾ ਅੱਖਾਂ ਕਿਨੇ ਬਣਵਾਈਆਂ ਈਆਂ ਤੁਹਾਡੀਆਂ ਮੇਰੀ ਧੀ ਨੇ ਬਣਵਾਈਆਂ ਨੇ ਇਹਨਾਂ ਨੇ ਯਾ ਕਿਸ ਤਰ੍ਹਾਂ ਇਹ ਕਰੇ ਨੌਕਰੀ ਕਰਦੇ ਜਾਂ ਕਿਸ ਤਰ੍ਹਾਂ ਨਾ ਖੁਦਾਵਾ ਸੇ ਪਕਾ ਉਹਨਾਂ ਨੇ ਅੱਖਾਂ ਬਣਦੀਆਂ ਈਆਂ ਤੇ ਉੱਥੇ ਮੈਨੂੰ ਖੜਿਆ ਆਇਆ ਸੀ ਤੇ ਉੱਥੇ ਅੱਖਾਂ ਬਣੀਆਂ ਨੇ ਤੇ ਮੇਰੀ ਧੀ ਗਾ ਤੇ ਵਕਤ ਪਾ ਕੇ ਤੇ ਮੈਨੂੰ ਲੈਣ ਦਾ ਅੱਖਾਂ ਬਣਵਾ ਕੇ ਤੇ ਚਾਚਾ ਜੀ ਇਹ ਜਿਹੜੀ ਤੁਹਾਡੀ ਬਸਤੀ ਐ ਇਥੇ ਬਸ ਕੋਟਲੇ ਦੇ ਸੀਨ ਦੇਖੇ ਨਾਲ ਉਹਨਾਂ ਬਸਤੀ ਜੀ ਬਣੀ ਇੱਕ ਲੋਕੜੀ ਜੀ ਤੇ ਇਹ ਤੁਹਾਡੇ ਨਾਲ ਕੋਈ ਮਦਦ ਬਦਾਤ ਕਰਦੇ ਨੇ ਨਾ ਕੋਈ ਨਹੀਂ ਕੋਈ ਨਹੀਂ ਕਰਦੇ ਕੋਈ ਨਹੀਂ ਕਰਦੇ ਤੇ ਇਹਦੇ ਤੇ ਇਲਾਵਾ ਕੋਈ ਬਾਹ ਨੂੰ ਬੰਦਾ ਆਉਂਦਾ ਕੋਈ ਮਦਦ ਬਦਾ ਕਰਦਾ ਕੋਈ ਨਹੀਂ ਕਰਦਾ ਕੋਈ ਬੰਦਾ ਨਹੀਂ ਕਰਦਾ ਨਾ ਕਰਨਾਣੇ ਦੇ ਕਰਦੇ ਜੀ ਕਰਨਾਣੇ ਦੇ ਕਰਦੇ ਨੇ ਜਿਸ ਤਰ੍ਹਾਂ ਅਸੀਂ ਕਰਨਾਣੇ ਤੇ ਆਈਏ ਉਹ ਤੋਂ ਬੰਦੇ ਆ ਕੇ ਇੱਥੇ ਕੋਟਲੇ ਤੁਹਾਡੀ ਨੂੰ ਕੋਈ ਦਿੰਦੇ ਨੇ ਪੈਸੇ ਨਹੀਂ ਕੋਟਲੇ ਕੋਈ ਨਹੀਂ ਆਉਂਦੇ ਸਾਡੂ ਕਰ ਕਰਨਾਣੇ ਤੇ ਆ ਕੇ ਇੱਥੇ ਕੋਟਲੇ ਤੋਂ ਬੰਦੇ ਦਿੰਦੇ ਨੇ ਪੈਸੇ ਆਪਾਂ ਤੇ ਆਉਂਦੇ ਨੇ ਕੋਈ ਤੁਹਾਡੇ ਇੰਨਾ ਚੌਧਰੀਆਂ ਤੱਤੇ ਤੁਹਾਡੇ ਆ ਤੇ ਉਹ ਕੋਈ ਦੇ ਜਾਂਦੇ ਤੂੰ ਕਦੀ 200 400 500 600 ਬਸ ਤੇ ਮਾਈ ਆਨੇ ਕੋਈ ਦਵਾਈ دارو ਉਹਨਾਂ ਦਾ ਗਲਾਸ਼ਾ ਚੱਲਦਾ ਚੱਲਦਾ ਇਹ ਦਿਨ ਹੈ ਜੋ ਕਦੀ 200 300 ਬੰਦਾ ਨਾ ਤੇ ਮੈਂ ਦਵਾਈ ਲੈ ਆਮ ਨਾਲ ਕੈਮਰਾਮੈਨ ਸਾਹਿਬ ਅੱਜ ਇੱਕ ਵਾਰੀ ਦਿਖਾਓ ਚਾਚਿਆਂ ਦੀ ਹਾਲਤ ਤੁਸੀਂ ਵੇਖ ਲਈਏ ਮਾਈ ਆਰੀ ਬਿਮਾਰ ਨੇ ਤੇ ਇਹਨਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਬਿਮਾਰ ਨੇ ਤੇ ਇਹ ਇਤਨੇ ਕੋਈ ਨਾ ਦੀ ਹਾਲਾਤ ਟਾਈਟ ਨੇ ਜੋ ਕੁਝ ਮੈਂ ਦੇਖਿਆ ਇੱਥੇ ਇਹਨਾਂ ਕੋ ਜੋ ਕੁਝ ਪੁੱਛਿਆ ਕਿ ਇਹਨਾਂ ਦੀ ਦਵਾਈ دارو ਹੀ ਮਨੁਸ਼ਾਕੇ ਨਹੀਂ ਨਾ ਕੋ ਹੁੰਦਾ ਹਣਾ 2-300 ਰੁਪਏ ਬੇ ਕਹਿੰਦੇ ਨੇ ਕਮਾਣੇ ਤੇ ਕਿਸ ਤਰ੍ਹਾਂ ਇਹਨਾਂ ਦੀ ਦਵਾਈ دارو ਆਮਦਾਵੇਦਾ ਸਾਡਾ ਮਾਈ ਬਾਬਾ ਜਾਂ ਤੁਹਾਡਾ ਕਿਸੇ ਦਾ ਕੋਈ ਖੁਦਾ ਨਾਲ ਹਸਤਾ ਕੋਈ ਬਿਮਾਰ ਹੁੰਦਾ ਹੈ ਤੇ ਅਸੀਂ ਗੱਡੀਆਂ ਕਰਨੀਆਂ ਮਹਿੰਗੇ ਹਸਪਤਾਲਾਂ ਵਿੱਚ ਜਾਂਦੇ ਆ ਤੇ ਲੇਕਿਨ ਇਹ ਮਾਂ ਜੀ ਨੇ ਵੀ ਸਾਡੇ ਮਾਂ ਨੇ ਤੇ ਇਹਨਾਂ ਨੂੰ ਕਿੰਨੇ ਦਵਾਈ دارو ਲੈ ਕੇ ਦੇਣਾ ਤੇ ਜਿਹੜੇ ਬੰਦੇ ਵੇਖਦੇ ਪਏ ਨੇ ਮੇਰੀ ਉਹਨਾਂ ਅੱਗੇ ਗੁਦਾਰਸ਼ ਹੈ ਕਿ ਅਗਰ ਜੇ ਕੋਈ ਬੰਦਾ ਇਹਨਾਂ ਦੀ ਮਦਦਮਦਦ ਕਰਨਾ ਚਾਹਵੇ ਜਾਂ ਕੋਈ ਇਹਨਾਂ ਦਾ ਇਲਾਜ ਕਰ ਕੁਰਬਾਨਾ ਚਾਹਵੇ ਤੇ ਬੇਸ਼ੱਕ ਸਾਡਾ ਨਾਲ ਰਾਬਤਾ ਕਰ ਸਕਦਾ ਹੈ ਇਹ ਹਾਲ ਆ ਰਹੀ ਨੇ ਚਾਚੀ ਹਨ ਹਾਲਾ ਜੀ ਇਹ ਤੁਸੀਂ ਕਿੰਨਾ ਚਿਰ ਹੋ ਗਿਆ ਇਨਾ ਕੋ ਰਹਿੰਦੇ ਹੋ ਆਪਣੇ ਵਾਲਾ ਸਾਹਿਬ ਕੋਲੇ ਮਨੂੰ ਤੇ ਇਸ ਗੱਲ ਦਾ ਵੀ 25 ਕੁ ਸਾਲ ਹੋ ਚੱਲੇ ਨੇ ਕਰਨਾ ਨੂੰ ਜਿਸ ਵੇਲੇ ਤੁਸੀਂ ਵਿਆਹ ਹੋ ਤੇ ਤੁਹਾਡੀ ਉੱਥੇ ਤਲਾਕ ਹੋਈ ਤੇ ਤੁਸੀਂ 25 ਸਾਲ ਹੋ ਗਏ ਨਾ ਇੱਥੇ ਰਹਿੰਦੇ ਹੋ ਜੀ ਹਾਂ ਇੱਥੇ ਆਹੋਈ 25 ਸਾਲ ਹੋ ਗਏ ਅਸੀਂ ਫਿਰ ਮਤ ਮੁਕਦਮਾ ਕਰਕੇ ਕੁੜੀਆਂ ਲਖਾ ਕੇ ਮੈਥੇ ਜਾ ਕੇ ਮਕਰਣਾ ਨੇ ਨਹੀਂ ਗਈ ਹੈ ਕਿਤਨੀਆਂ ਤੁਹਾਡੀਆਂ ਬੱਚੀਆਂ ਨੇ ਦੋ ਤੀਆਂ ਨੇ ਤਾਂ ਉਹ ਸ਼ਾਦੀ ਸ਼ੁੱਧਾ ਮਕਰ ਸੜੀਆਂ ਨੇ ਵਿਆਹ ਸੜੀਆਂ ਨੇ ਆਪਣੇ ਤੋਂ ਭਾਰਾ ਲਾ ਸੜਿਆ ਵੇ ਅੱਛਾ ਉਹਨਾਂ ਦੋਨਾਂ ਦੀ ਸ਼ਾਦੀ ਹੋ ਗਈ ਜੇ ਉਹਨਾਂ ਦੇ ਸ਼ਾਦੀਕਾਰ ਛੜੇ ਹੈ ਤੇ ਇੱਕ ਹਲਾਜੀ ਤੁਸੀਂ ਕਿ ਕੰਮ ਕਰਦੇ ਵਾ ਭਾਜੀ ਜਰਨੇ ਮਟਰ ਸ਼ਟਰ ਖੋ ਕੇ ਕਿ ਤਰੋੜਾ ਕੋ ਸਬਜੀ ਸੁਬਜੀ ਲੈ ਆਵਨੀ ਆ ਕੋ ਮਟਰ ਖੋ ਕੇ 100 150 ਲੈ ਲੀਦੀ ਘਾਰਾ ਜਰ ਫਿਰ ਮਾਈ ਬਾਬੇ ਨੂੰ ਆ ਕੇ ਸਾਬਨੀ ਆ ਪਸ਼ਾਪ ਸੁਭ ਕੀਤੇ ਹੱਥ ਵੇਖੇ ਤੇ ਆਜੇ ਸਾਡੇ ਵੇੜੇ ਤੇ ਤੇ ਆ ਕੇ ਹਣੀ ਆਏ ਜੇ ਤੇ ਆਜੇ ਵੇੜਾ ਤੇ ਉਹਨਾਂ ਤੇ ਦਾਲ ਧਰੀ ਹੋ ਪਕਾਣ ਲਈ ਆ ਤੇ ਇਹ ਚਾਚੇ ਵੀ ਜਾਂਦੇ ਨੇ ਉੱਥੇ ਪੈਸੇ ਕਹਿੰਦੇ ਨੇ ਅਸੀਂ ਮੰਗਨੇ ਆ 1.5 200 ਜੇ ਇਹ ਕਮਾਉਂਦੇ ਨੇ ਜਾਂ 2.5 300 ਜਿਤਨਾ ਵੀ ਤੇ 3 400 ਰੁਪਏ ਨਾਲ ਇੱਕ ਕਾਰ ਦੀ ਸਬਜ਼ੀ ਵੀ ਨਹੀਂ ਆਉਂਦੀ ਕਿਸ ਤਰ੍ਹਾਂ ਕੰਮ ਚਲਾਉਂਦੇ ਹੋ ਬਸ ਆਪਣੀ ਮਜਬੂਰੀ ਹੈ ਭਾਈ ਜੀ ਕਾਰ ਤੇ ਫਿਰਉਣ ਲਈ ਤੇ ਮਜਬੂਰੀ ਨਹੀਂ ਕਰਨਾ ਨਾ ਤੇ ਜਿੱਥੇ ਤੁਸੀਂ ਜਾਂਦੇ ਹੋ ਸਬਜ਼ੀ ਖੋਣਦੇ ਹੋ 150 ਤੋਂ ਥੋੜਾ ਨਹੀਂ ਤੂੰ ਪੈਸੇ ਦਿੰਦੇ ਮਜ਼ਦੂਰੀ ਨਹੀਂ ਪੂਰੀ ਦਿੰਦੇ ਜੀ ਨਹੀਂ ਦਿੰਦੇ ਨਾ ਉਹ ਜੇਬ ਕਰਨਾ ਹੋਈ ਲੈਣਾ ਥੋੜੇ ਜਿਨੇ ਤੋੜਾ ਇੱਕ ਦੋ ਭਰੀ ਦਾ ਵੇ ਕੋ ਸਬਜ਼ੀ ਗੋੰਗਲ ਮੂੜੀਆਂ ਪੱਤੀ ਦੀਆਂ ਨੇ ਤੇ ਫਿਰ ਅਮਾਰਾਂ ਦੇ ਵਾਸਤੇ ਵੀ ਆ ਜਾਣਿਆ ਟਾਈਮ ਨਾਲ ਹੀ ਘਰ ਦਿਹਾੜੀ ਲਾ ਕੇ ਆ ਕੇ ਮਾਈਆਂ ਨੂੰ ਨਿਭਾਉਂਦੇ ਹੋ ਬਾਬਿਆਂ ਨੂੰ ਵੀ ਕੋਈ ਜੋ ਕੁਝ ਮਸਲ ਸੰਭ ਦੇਓ ਜ਼ਿਆਦਾ ਮਾਈਰੀ ਬਿਮਾਰ ਨੇ ਇਹਨਾਂ ਦਾ ਕੰਮ ਹੈ ਘਰ ਦਾ ਕੰਮ ਵੀ ਕਰਨਾ ਤੇ ਬਾਹਰ ਕੰਮ ਹੀ ਕਰਦੇ ਹੋ ਚਾ ਫਿਰ ਆ ਜਾਣਿਆ 12 1 ਵਜੇ ਨਾਲ ਆ ਜਾਈਦਾ ਘਰ ਫਿਰ ਆ ਕੇ ਘਰ ਦੇ ਘਰੀ ਦੇ ਨੇ ਚਾਚਾ ਜੀ ਜੀ ਐ ਅਸੀਂ ਰਾਸ਼ਨ ਲੈ ਕੇ ਆਏ ਆ ਤੁਹਾਡੇ ਵਾਸਤੇ ਨਾ ਇਹ ਕਾਟਨ ਜਿਹੜਾ ਇਹਦੇ ਵਿੱਚ ਘਾਰ ਦੀ ਜ਼ਰੂਰਤ ਦੀ ਹਾਰ ਸ਼ਾਇਬੇ ਅੱਛਾ ਕਿ ਉਹ ਵੀ ਹੈ ਚੀਨੀ ਪੱਤੀ ਸ਼ੈਂਪੂ ਤੇ ਇਹਦੇ ਵਿੱਚ ਜੋ ਵੀ ਜ਼ਰੂਰਤ ਹੁੰਦੀ ਘਾਰ ਦੀ ਮਰਚਾ ਵਗੈਰਾ ਜੋ ਕੋ ਘਾਰ استعمال ਹੁੰਦੀਆਂ ਚੀਜ਼ਾਂ ਉਹ ਨੇ ਤੇ ਇਹ ਆਟਾ 20 ਕਿਲੋ ਨਾ ਤਰੋੜਾ ਹੈ ਇਹ ਕੈਮਰਾਮੈਨ ਸਾਹਿਬ ਇਹ ਦਿਖਾਓ ਨਾ ਇਹ 5000 ਰੁਪਏ ਹੈ ਤੇ ਇਹ ਜੋ ਕੁਝ ਦਿੱਤਾ ਨਾ ਆਟਾ ਜਾਂ ਇਹ ਪੈਸੇ ਇਹ ਮੈਂ ਆਪਣੇ ਕੋਲੋਂ ਨਹੀਂ ਦਿੱਤੇ ਸਾਡੇ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਨਾ ਸਾਡੀ ਤੇ ਉਹ ਕੁ ਸਾਡੇ ਨਾਲ ਤਾਵਣ ਕਰਦੇ ਨੇ ਸਾਨੂੰ ਪੈਸੇ ਭੇਜਦੇ ਨੇ ਤੇ ਮੇਰੀ ਤੇ ਕੈਮਰਾਮੈਨ ਦੀ ਡਿਊਟੀ ਏ ਕਿ ਅਸੀਂ ਜਿਹੜੇ ਬੰਦੇ ਨੇ ਆਫੋ ਜੇ ਮੁਸਤ ਹੀਕ ਤੁਹਾਡੇ ਜੀ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਹਾਲ-ਵਾਲ ਪੁੱਛੀਏ ਤੇ ਉਹਨਾਂ ਦਾ ਹੱਕ ਉਹਨਾਂ ਤੱਕ ਪੁੰਚਾਈਏ ਤੇ ਇਹ ਜਿਨ੍ਹਾਂ ਨੇ ਭੇਜਿਆ ਨਾ ਉਹਨਾਂ ਵਾਸਤੇ ਦੁਆ ਕਰ ਸਕੋ ਅੱਛਾ ਪਾਕਨ ਦਾ ਤੰਦਰੁਸਤੀ ਦੇ ਦੇ ਅੱਲਾ ਸੁਖ ਦੇ ਦੇ ਤੰਦਰੁਸਤੀਆਂ ਦੇ ਨੇ ਅੱਲਾ ਦੀ ਜ਼ਾਤ ਗਰੀਬਾਂ ਦਾ ਕੀਤਾ ਨੇ ਭਲਾ ਸਾਡਾ ਵੀ ਅੱਲਾ ਪਾਕ ਵਕਤ ਤਪਾਈ ਜਾਏ ਦਮ ਹਾਲਾਜੀ ਤੁਸੀਂ ਵੀ ਉਹਨਾਂ ਨੂੰ ਦਵਾ ਦੇ ਦਿਓ ਜਿਨ੍ਹਾਂ ਨੇ ਇਹ ਚੀਜ਼ਾਂ ਭੇਜੀਆਂ ਨੇ ਭਲਾ ਵਨ ਅੱਲਾ ਤਾਲਾ ਜ਼ਿੰਦਗੀ ਦੇਣ ਤੰਦਰੁਸਤੀ ਕੋਲ ਮੁਲਖ ਨਾਲ ਦੇਣ ਅੱਲਾ ਦੀ ਜ਼ਾਤ ਬਹੁਤਾ ਦੇਣ ਜਿਨ੍ਹਾਂ ਮਾੜਿਆਂ ਦੀ ਮਦਦ ਕੀਤੀ ਏ ਕੈਮਰਾਮੈਨ ਸਾਹਿਬ ਇਹਨਾਂ ਦਾ ਘਾਰ ਦਾ ਇੱਕ ਵਾਰੀ ਥੋੜਾ ਜਨਾਦਰ ਕੈਮਰਾ ਮਾਰੋ ਇਹਨਾਂ ਨੂੰ ਦਿਖਾਓ ਇਹਨਾਂ ਦੇ ਘਰ ਇੱਥੇ ਹੀ ਹੈ ਬਰਾਂਡਾ ਜਾਈ ਇਹਦੇ ਵਿੱਚ ਹੀ ਆਪਣੇ ਰੋਟੀ ਟੁੱਕਰ ਪਕਾਉਂਦੇ ਪਏ ਨੇ ਇਹ ਨਾਲ ਦੇ ਲਾਦਦੇ ਨੇ ਘਾਰ ਦੇ ਵੇਖ ਲੋ ਇਹ ਬੂਆ ਸਾਨੂੰ ਦੱਸਦੇ ਪਏ ਕਿ ਸਾਡਾ ਬੂਆ ਖਰਾਬ ਆ ਦਿਖਾਓ ਇਹ ਬੂਆ ਕਹਿੰਦੇ ਨੇ ਟੁੱਟਿਆ ਦੇਖੋ ਇਧਰ ਮਾਰੋ ਕੈਮਰਾ ਕਹਿੰਦੇ ਨੇ ਬੂਆ ਵੇਖੇ ਬੂਆ ਸਾਡਾ ਟੁੱਟਿਆ ਤੇ ਬੂਆ ਵੀ ਸਾਡਾ ਲਵਾਣ ਆ ਲਿਆ ਤੇ ਮਾਰੇ ਬੰਦੇ ਨੇ ਨਹੀਂ ਲਵਾ ਸਕਦੇ ਬੂਆ ਦਿਖਾਓ ਇਧਰ ਕੈਮਰਾਮੈਨਸ ਤੇ ਮਾਈ ਜੀ ਵਡੇਰੇ ਨੇ ਬੜੇ ਜ਼ਿਆਦਾ ਤੇ ਇਹ ਪਤਾ ਨਹੀਂ ਕੋਈ ਸ਼ਹਿ ਮੰਗਦੇ ਪਏ ਮਾਂ ਜੀ ਕਹਿ ਚਾਹੀਦਾ ਜੀ ਕੀ ਮੰਗਤੀ ਜੀ ਕੀ ਕਿ ਚਾਹੀਦਾ ਬੰਗਦੇ ਆਪੇ ਕੁਛ ਹੈ ਪੈਸੇ ਪੈਸੇ ਦਿੱਤੇ ਨੇ ਚਾਚੇ ਆਣ ਨੂੰ ਅਸੀਂ ਮਨ ਦੇ ਤੁਹਾਨੂੰ ਦਈਏ ਮਨ ਦੇ ਦੇਣ ਦੇ ਤੁਹਾਨੂੰ ਅਸੀਂ ਦਿੱਤੇ ਨੇ ਚਾਚਿਆਂ ਨੂੰ ਨਹੀਂ ਦਿੰਦੇ ਚਲੋ ਅਸੀਂ ਦੇਨੇ ਆ ਤੁਹਾਨੂੰ ਦੇਨੇ ਆ ਦੇਨੇ ਆ ਪੈਸੇ ਤੁਹਾਨੂੰ ਜੀ ਸੱਚੀ ਸਰਕਾਰ ਬਾ ਮੇਰੇ ਤੇ ਬੱਚੇ ਨੂੰ ਤਰਲ ਰੁਫੀਆਂ ਦੇ ਤੇ ਮੇਰੀਆਂ ਕੀਆਂ ਵੀ ਦਈ ਯਾ ਅੱਲਾ ਸਤਿ ਆਲ੍ਲਾ ਨਾਜ਼ਰੀਨ ਤੁਸੀਂ ਵੇਖਿਆ ਹਾਲਾ ਜੀ ਇਹਨਾਂ ਦਾ ਵੀ ਹਾਲਾਤ ਤੁਸੀਂ ਵੇਖੇ ਨੇ ਕਿ ਦਿਹਾੜੀ 12 1 ਵਜੇ ਆਪਣੀ ਦਿਹਾੜੀ ਲਾ ਕੇ ਆਉਂਦੇ ਨੇ 100 ਡੇਢ ਜੋ ਕੁਝ ਵੀ ਮਟਰ ਪਟਦੇ ਨੇ ਸਬਜ਼ੀ ਪਟਦੇ ਨੇ ਉਹਨਾਂ ਨੂੰ ਲੱਭਦੇ ਆ ਕੇ ਘਰ ਦਾ ਕੰਮ ਕਰਦੇ ਨੇ ਇਹ ਚਾਚੀ ਹਰੀ ਨੇ ਇਹ ਲਾਲਮੂਸੇ ਜਾਂਦੇ ਨੇ ਮਜਬੂਰ ਨੇ ਵਡੇਰੇ ਨੇ ਕਿ ਕਰ ਜਾਂ ਕੇ ਉੱਥੇ ਪੈਸੇ ਮੰਗਦੇ ਨੇ 150 ਬੰਦਾ ਹੈ 250 ਬੰਦਾ ਕੋਈ 300 ਬੰਦਾ ਤੇ ਇਹ ਮਾਈਆਂ ਨੇ ਤੁਸੀਂ ਹਾਲਾਤ ਵੇਖੇ ਨੇ ਬਹੁਤ ਜ਼ਿਆਦਾ ਬਿਮਾਰ ਨੇ ਤੇ ਮੈਂ ਹਾਲਾਂ ਨੂੰ ਸਲਾਮ ਪੇਸ਼ ਕਰਨਾ ਕਿ ਇਹ ਇਤਨੀ ਜ਼ਿਆਦਾ ਡਿਫਟੀ ਦੇ ਰਹੇ ਨੇ ਆਪਣੀਆਂ ਬੱਚੀਆਂ ਵੀ ਇਹਨਾਂ ਨੇ ਪਾਲੀਆਂ ਨੇ ਉਹਨਾਂ ਦੀ ਸ਼ਾਦੀ ਵੀ ਕੀਤੀ ਹੈ ਇਤਨੇ ਸਖਤ ਹਾਲਾਤ ਵਿੱਚ ਤੇ ਉਹਨਾਂ ਦੀ ਸ਼ਾਦੀ ਕਰਨ ਦੀ ਬਾਅਦ ਆਪਣੇ ਮਾਪੇ ਬਾਪ ਨੂੰ ਵੀ ਸਮਝਦੇ ਪਏ ਨੇ ਚਾਚੇ ਰੀਤੇ ਚਲੋ ਮਾਸ਼ਾਅੱਲਾ ਰਲਕਦੇ ਨੇ ਅੱਲਾਹ ਪਾਕ ਇਹਨਾਂ ਨੂੰ ਤੰਦਰੁਸਤੀ ਦੇਵੇ ਮਾਂ ਆ ਰੀ ਵਡੇਰੇ ਨੇ ਉਹਨਾਂ ਨੂੰ ਹੀ ਸੰਭਦੇ ਨੇ ਆ ਕੇ ਘਰ ਦਾ ਕੰਮ ਕਰਦੇ ਨੇ ਬਾਹਰ ਮਜ਼ਦੂਰੀ ਕਰਦੇ ਨੇ ਤੇ ਤੁਸੀਂ ਸਾਹਬ ਲਾ ਲਓ ਕਿਤਨੇ ਸਖਤ ਹਾਲਾਤ ਵਿੱਚ ਇਹ ਕੰਮ ਕਰ ਰਹੇ ਨੇ ਮੇਰੇ ਜਿੰਨੇ ਵੀ ਦੋਸਤ ਵੀਡੀਓ ਵੇਖਣ ਵਾਲੇ ਨੇ ਉਹਨਾਂ ਅਗੇ ਮੈਂ ਪੂਰਾ ਜ਼ੋਰ ਅਪੀਲ ਕਰਾਂਦਾ ਕਿ ਬਰਾਏ ਮਿਹਰਬਾਨੀ ਬਰਾਏ ਮਿਹ ਅਸਤੇ ਕੋ ਸਤਗਾਹ ਰਾਤ ਭੇਜਣਾ ਚਾਵੇ ਤੇ ਸਪੈਸ਼ਲ ਜਿਹੜੀ ਹੈ ਮੈਂ ਤੁਹਾਨੂੰ ਹਾਲਾਤ ਇਹਨਾਂ ਦੇ ਦੱਸਣਾ ਪਿਆ ਕਿ ਮੈਂ ਇਹਨਾਂ ਦੇ ਹਾਲਾਤ ਖੁਦ ਵੇਖੇ ਨੇ ਮੈਂ ਜਜ਼ਬਾਤੀ ਹੋ ਗਿਆ इमोशनल ਹੋ ਗਿਆ ਰੋਣਾ ਮੰਨੂ ਵੀ ਆਇਆ ਹੈ ਇਹਨਾਂ ਦੇ ਹਾਲਾਤ ਵੇਖ ਕੇ ਤੇ ਮੈਂ ਤੁਹਾਡੇ ਅੱਗੇ ਗੁਦਾਰਸ਼ ਕਰਦਾ ਕਿ ਬੜਾਈ ਮਿਹਰਬਾਨੀ ਇਹਨਾਂ ਵਾਸਤੇ ਕੋਈ ਸਦਕਾ ਹਰਾਤ ਜਿੰਨਾ ਕੋਈ ਤੁਹਾਨੂੰ ਤੁਹਾਡੇ ਕੋ ਹੋ ਸਕਦਾ ਤੁਸੀਂ ਭੇਜੋ ਸਪੈਸ਼ਲ ਇਹਨਾਂ ਨੂੰ ਅਸੀਂ ਦੇ ਕੇ ਜਾਵਾਂਗੇ ਜੇਕਰ ਬੰਦੇ ਸਪੈਸ਼ਲ ਇਹਨਾਂ ਵਾਸਤੇ ਭੇਜੇ ਮਾਹੀਰੀ ਬਿਮਾਰ ਨੇ ਇਹਨਾਂ ਦੇ ਨਾਲ ਕੋ ਇਲਾਜ ਕਰਾਣਾ ਚਾਚੇ ਰੀ ਮੰਗਦੇ ਨੇ ਹਾਲਾ ਰੀ ਜਿਹੜਾ ਜਾ ਕੇ ਕੋ ਮਟਰ ਸ਼ੇਟਰ ਖੁੰਦੇ ਨੇ 100 ਡੇਡ ਦੀ ਦਿਹਾੜੀ ਲਾਂਦੇ ਨੇ ਤੇ ਇਹਨਾਂ ਦੇ ਹਾਲ 2000 4000 5000 10000 ਜਿੰਨੇ ਬੰਦੇ ਭੇਜਦੇ ਨੇ ਅਗੇ ਅਸੀ ਇੱਕ ਦਿਨ ਵੀਡੀਓ ਕਈਆਂ ਬੰਦਿਆਂ ਦੀ ਬਣਾਈਏ ਤੇ ਸਾਨੂੰ ਬੰਦੇ ਸਪੈਸ਼ਲ ਉਹਨਾਂ ਵਾਸਤੇ ਪੈਸੇ ਭੇਜਦੇ ਨੇ ਕਿ ਜਿਹੜੀ ਤੁਸੀਂ ਵੀਡੀਓ ਬਣਾਈਏ ਉਹਨਾਂ ਵਾਸਤੇ ਤੇ ਇਹਨਾਂ ਦੇ ਹਾਲਾਤ ਬੜੇ ਸਖਤ ਨੇ ਤੇ ਬੜੇ ਔਖੇ ਔਖੇ ਗੁਜ਼ਾਰਾ ਕਰਦੇ ਪਏ ਨੇ ਮੇਰੀ ਇਹਨਾਂ ਵਾਸਤੇ ਦੁਆਏ ਕਰ ਲਾਪਾ ਕੇ ਇਹਨਾਂ ਦੇ ਹਾਲਤੇ ਰਹਿਮ ਕਰੇ ਤੇ ਇਹਨਾਂ ਵਾਸਤੇ ਅਗਰ ਕੋਈ ਸਦਕਾ ਹਰਾਤ ਭੇਜਣਾ ਚਾਹੁੰਦਾ ਹੈ ਇਹ ਉਹ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਹਦਮਤ ਹਲਕ ਪ੍ਰੋਗਰਾਮ ਦਿੱਤਾ ਹੈ ਜਿਹੜਾ ਅਸੀਂ ਰਾਸ਼ਨ ਦਿੰਨੇ ਆ ਉਹਦੇ ਵਾਸਤੇ ਸਾਡੇ ਨਾਲ ਕੋਈ ਰਾਬਤਾ ਕਰਨਾ ਚਾਹੁੰਦਾ ਹੈ ਸਕਰੀਨ ਤੇ ਤੁਹਾਨੂੰ ਨੰਬਰ ਨਜ਼ਰ ਆ ਰਿਹਾ ਮੇਰਾ WhatsApp ਨੰਬਰ ਹੈ ਮੋਬਾਈਲ ਨੰਬਰ ਹੈ ਇਹਦੇ ਤੇ ਤੁਸੀਂ ਰਾਬਤਾ ਕਰ ਸਕਦੇ ਹੋ ਤੇ ਆਪਣਾ ਸਦਕਾ ਹਰਾਤ ਭੇਜ ਸਕਦੇ ਹੋ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਘਰ ਘਰ ਜਾ ਕੇ ਤੇ ਉਹਨਾਂ ਦੇ ਜਿਹੜੇ ਹੱਕਦਾਰ ਹੈ ਉਹਨਾਂ ਦਾ ਹੱਕ ਪਹੁੰਚਾਈ ਅਸੀਂ ਹੁਣ ਕੋਟ ਲਿਆ ਆਂ ਸਾਨੂੰ ਪਤਾ ਲੱਗਿਆ ਇਹ ਹੱਕਦਾਰ ਫੈਮਿਲੀ ਹੈ ਤੇ ਸੀਨ ਦੇ ਹੱਕ ਇੱਥੇ ਲੈ ਕੇ ਆਇਆ ਜਿਹੜੇ ਵੀ ਦੋਸਤ ਸਾਨੂੰ ਪੈਸੇ ਭੇਜ ਰਹੇ ਨੇ ਸਦਕਾ ਹਰਾਤ ਭੇਜ ਰਹੇ ਨੇ ਉਹ ਵੀਡੀਓ ਵੇਖ ਕੇ ਰਿਸਪਾਂਸ ਦੇ ਰਹੇ ਨੂੰ ਨ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨਾਲ ਮਨੂੰ ਦਵਾ ਇਜਾਜ਼ਤ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਅੱਲਾ ਹਾਫੀਜ਼ ਪਾਕਿਸਤਾਨ ਜ਼ਿੰਦਾਬਾਦ